ਬਹੁਤ ਜਿਆਦੇ ਡਿਪਰੈਸ਼ਨ ਨਾਲ ਸ਼ੂਗਰ ਵੱਧਦਾ ਹੈ ਡਿਪਰੈਸ਼ਨ ਤਾਂ ਅੱਜ ਤੁਸੀਂ ਇਹ ਲੈ ਲਓ ਵੀ 7ਵੀਂ 8ਵੀਂ ਦੇ ਵਿੱਚ ਪੜ ਰਹੇ ਬੱਚੇ ਤੋਂ ਲੈ ਕੇ ਤੇ 100 ਸਾਲ ਦੇ ਬਜ਼ੁਰਗ ਤੱਕ ਸਾਰੀ ਡਿਪਰੈਸ਼ਨ ਚ ਹੈ ਸ਼ੂਗਰ ਦਾ ਸਭ ਤੋਂ ਬਾ ਮਤਲ ਜਿਹੜਾ ਅਸਰ ਹੈ ਡਿਪਰੈਸ਼ਨ ਦਾ ਉਹ ਸਾਡੇ ਲੀਵਰ ਤੇ ਪੈਂਦਾ ਜਿਹਨੂੰ ਅਸੀਂ ਗਿਆਨਿੰਦਰੀਆਂ ਕਹਿੰਦੇ ਆ ਤੇ ਉਹ ਸਾਡੇ ਮਨ ਦੇ ਉੱਤੇ ਵਿਕਾਰ ਆਉਂਦੇ ਆ ਸ਼ੂਗਰ ਹੈ ਵੀ ਅਖੰਡ ਦੇ ਨਾਲ ਹੁੰਦਾ ਹੈ ਬੀਸਿਕਲੀ ਬਹੁਤ ਐਜੇ ਲੋਕ ਨੇ ਜਿਹੜੇ ਸਾਰਾ ਦਿਨ ਮਿੱਠਾ ਖਾਈ ਜਾਂਦੇ ਨੇ ਉਹਨਾਂ ਨੂੰ ਸ਼ੂਗਰ ਹੁੰਦੀ ਨਹੀਂ ਉਹਨਾਂ ਦੀ ਉਮਰ 80-80 ਸਾਲ ਹੈ ਕਿਸੇ ਨੂੰ ਐਸਿਡ ਬਣ ਗਿਆ ਕਿਸੇ ਨੂੰ ਬਿਜ਼ਨਸ 'ਚ ਘਾਟਾ ਪੈ ਗਿਆ ਫਿਰ ਅੱਜ ਕੱਲ ਜਿਹੜਾ ਹੁਣ ਅਜੋਕਾ ਜੋਗ ਹੈ ਇਹਦੇ ਵਿੱਚ ਤਾਂ ਸਾਰਾ ਹੀ ਦਾਮਾਂਦੋਰੀ ਮਤਲਬ ਕੱਲੇ ਦਿਮਾਗ ਤੇ ਹੈ ਜੀ ਡਿਪਰੈਸ਼ਨਤੀ ਹੈ ਤੇ ਇਹ ਜਿਹਦੇ ਕਾਰਨ ਇਹ ਸ਼ੂਗਰ ਦੀ ਬਿਮਾਰੀ ਜ਼ਿਆਦਾ ਵੱਧ ਰਹੀ ਹੈ ਸ਼ੂਗਰ ਦਾ ਕਈ ਵਾਰ ਆਪ ਨੂੰ ਪਤਾ ਨਹੀਂ ਲੱਗਦਾ ਪੰਜ ਚਾਰ ਚਾਰ ਸਾਲ ਸ਼ੂਗਰ ਦੇ ਲੱਛਣ ਕੀ ਹੁੰਦੇ ਵੀ ਜਦੋਂ ਪਤਾ ਲੱਗਦਾ ਵੀ ਹੁਣ ਆਪ ਨੂੰ ਸ਼ੂਗਰ ਹੋਣਾ ਸ਼ੁਰੂ ਹੋ ਗਿਆ ਜਾਂ ਸ਼ੂਗਰ ਹੋ ਚੁੱਕਿਆ ਜਿੰਨਾ ਟਾਈਮ ਸਾਡਾ ਮਨ ਸਥਿਰ ਨਹੀਂ ਹੁੰਦਾ ਉਹਨਾਂ ਟਾਈਮ ਅਸੀਂ ਜਿੰਨੀਆਂ ਮਰਜ਼ੀ ਦਵਾਈਆਂ ਖਾਈਏ ਜਿਹੜੇ ਚੰਗੇ ਵੈਦ ਤੋਂ ਖਾਈਏ ਚੰਗੇ ਡਾਕਟਰ ਤੋਂ ਖਾਈਏ ਸਾਡੀਆਂ ਇਹਨਾਂ ਬਿਮਾਰੀਆਂ ਦਾ ਛਡਕਾਰਾ ਕੱਲੀਆਂ ਦਵਾਈਆਂ ਨਾਲ ਨਹੀਂ ਹੁੰਦਾ ਜੀ ਸਾਨੂੰ ਥੋੜਾ ਜਿਹਾ ਸਹਿਜ ਵਿੱਚ ਵੀ ਆਉਣਾ ਪਾ ਜਦੋਂ ਸ਼ੂਗਰ ਹੋ ਜਾਂਦਾ ਉਦੋਂ ਕਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਆ ਕਿਡਨੀਆ ਤੇ ਜਿਹੜਾ ਪ੍ਰੈਸ਼ਰ ਹਿਲ ਹੋ ਜਾਂਦੀਆਂ ਨੇ ਹਾਰਟ ਐਕ ਦੀ ਪ੍ਰੋਬਲਮ ਆ ਜਾਂਦੀ ਦੀ ਕਦੋਂ ਕੌਣ ਲੱਗਦੀ ਹੈ ਸ਼ੂਗਰ ਦੇ ਕਿੰਨੇ ਟਾਈਮ ਬਾਅਦ ਆਉਣ ਲੱਗ ਜਾਂਦੀ ਹੈ ਕਿਸੇ ਨੂੰ ਅਸੀਂ ਧਾਲਾਂ ਬੰਦ ਕਰਦੇ ਆ ਕਿਸੇ ਆਦਮੀ ਨੂੰ ਅਸੀਂ ਧਾਲਾਂ ਦਾ ਰეკਮੈਂਡ ਕਰਦੇ ਆ ਵੀ ਧਾਲਾਂ ਦੀ ਸਲਾਹ ਦਿੰਦੇ ਆ ਵੀ ਤੁਸੀਂ ਧਾਲਾਂ ਖਾਓ ਜੀ ਸੋ ਇਸ ਕਰਕੇ ਵੀ ਇਹ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਮਰੀਜ਼ ਦੀ ਮੈਡੀਸਨ ਇੱਕ ਹੀ ਹੋਵੇ ਸ਼ੂਗਰ ਜਿਵੇਂ ਆਪਾਂ ਟਿਊਮਰ ਕੈਂਸਰ ਦੀ ਗੱਲ ਕਰੀਏ ਤਾਂ ਸਟੇਜਾਂ ਹੁੰਦੀਆਂ ਨੇ ਪਹਿਲੀ ਸਟੇਜ ਦੂਜੀ ਸਟੇਜ ਤੇ ਸੋਨ ਦੇ ਵਿੱਚ ਹੈ ਜੀ ਆ ਲਾਸਟ ਸਟੇਜ ਹੈ ਸ਼ੂਗਰ ਦੀਆਂ ਵੀ ਕੋਈ ਸਟੇਜਾਂ ਹੁੰਦੀਆਂ ਨੇ ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਰਾਏ ਟੀਵੀ ਮੈਂ ਹਾਂ ਪਰਮੇਂਦਰ ਸਿੰਘ ਅੱਜ ਦੀ ਗੱਲ ਕਰਦੇ ਆਂ ਤੇ ਹੁਣ ਦੇ ਸਮੇਂ ਦੇ ਵਿੱਚ ਹਰੇਕ ਬੰਦੇ ਨੂੰ ਕੋਈ ਨਾ ਕੋਈ ਬਿਮਾਰੀ ਹੈ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਕੋਈ ਸ਼ੂਗਰ ਦਾ ਪੇਸ਼ੈਂਟ ਹੈ ਕਿਸੇ ਨੂੰ ਲੀਵਰ ਦਾ ਪੇਸ਼ੈਂਟ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਸਾਡੇ ਨਾਲ ਅੱਜ ਤਮਾਮ ਮੁੱਦਿਆਂ ਤੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਵੈਦ ਰਜਿੰਦਰ ਸਿੰਘ ਨੇ ਗੱਲਬਾਤ ਕਰਾਂਗੇ ਸਾਰੀਆਂ ਬਿਮਾਰੀਆਂ ਬਾਰੇ ਜਾਣਕਾਰੀ ਲਵਾਂਗੇ ਤੋ ਵੈਦ ਜੀ ਪਹਿਲਾਂ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਰਮਿੰਦਰ ਜੀ ਤੁਹਾਡਾ ਸਵਾਗਤ ਤੁਹਾਡੇ ਲੋਕ ਰਾਏ ਟੀਵੀ ਦਾ ਚੈਨਲ ਦਾ ਤੁਹਾਡੇ ਸਰੋਤਿਆਂ ਦਾ ਮੇਰੇ ਸਰੋਤਿਆਂ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਸਤਿਕਾਰ ਹੈ ਉਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਬੱਸ ਉਹ ਗੱਲ ਕਰੀਏ ਅਪਾ ਹੁਣ ਜਿਹੜੀਆਂ ਅਟੀਨ ਦੇ ਵਿੱਚ ਬਿਮਾਰੀਆਂ ਆਉਂਦੀਆਂ ਨੇ ਕੀ ਲੱਗਦਾ ਹੁਣ ਜਿਹੜੀਆਂ ਜਾਦੇ ਬਿਮਾਰੀਆਂ ਕਿਹੜੀਆਂ-ਕਿਹੜੀਆਂ ਆ ਰਹੀਆਂ ਨੇ ਦੇਖੋ ਪਰਮਿੰਦਰ ਜੀ ਬਿਮਾਰੀਆਂ ਤਾਂ ਹੁਣ ਜਿਹੜੀ ਤੁਸੀਂ ਗੱਲ ਕਰੋਗੇ ਸਾਰੀਆਂ ਬਿਮਾਰੀਆਂ ਹੀ ਆਂ ਜੀ ਅਜੋਕਾ ਜੁਗ ਸਾਡਾ ਖਾਣ ਪੀਣ ਸਾਡਾ ਰਹਿਣ ਸਹਿਣ ਸਾਡੀ ਸੋਚ ਸਾਡੇ ਵਿਚਾਰ ਸਾਰੀ ਅਸੀਂ ਬਿਮਾਰ ਆਂ ਸਰੀਰਕ ਤੌਰ ਤੇ ਔਰ ਮਾਨਸਿਕ ਤੌਰ ਤੇ ਤੇ ਉਹਦੇ ਵਿੱਚ ਜਿਵੇਂ ਕੋਈ ਅੱਜਕੱਲ ਚਲੋ ਡਿਪਰੈਸ਼ਨ ਦਾ ਕਰਕੇ ਤੁਸੀਂ 슈ਗਰ ਦੀ ਗੱਲ ਕੀਤੀ ਹੈ ਤੇ ਡਿਪਰੈਸ਼ਨ ਦਾ ਇੱਕ ਕਾਰਨ ਹੈ ਜੀ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਨਾਲ 슈ਗਰ ਵੱਧ ਹੈ ਕਿਉਂਕਿ ਉਹਨੂੰ ਅਸੀਂ ਆਯੁਰਵੇਦਿਕ ਦੇ ਵਿੱਚ ਕਹਿੰਦੇ ਆ ਵੀ ਸਾਡਾ ਜਿਹੜਾ ਅਗਨ ਮੰਦ ਹੋ ਗਈ ਜੀ ਅਗਨ ਦੀ ਮੰਦਤਾ ਤੋਂ ਬਾਅਦ ਸਾਡੇ ਜਿਹੜਾ ਪੈਨਿਕ ਏਰੀਆਜ਼ ਕਹਿੰਦੇ ਨੇ ਅਸੀਂ ਉਹਨੂੰ ਆਯੁਰਵੇਦਿਕ ਚ ਅਗਨਾਸਿਆ ਕਹਿੰਦੇ ਆ ਉਹ ਰਸ ਬਣਾਉਣੋਂ ਕੱਟ ਜਾਂਦਾ ਜੀ ਤੇ ਉਹਦੇ ਨਾਲ ਮਤਲਬ ਇਨਸੂਲਿਨ ਜਿਹੜੀ ਹੈ ਉਹ ਘਟਣ ਦੇ ਕਾਰਨ ਤੇ ਸਾਡੇ ਬਲੱਡ ਦੇ ਵਿੱਚ ਜਿਹੜਾ ਮਿੱਠਾ ਸ਼ੂਗਰ ਹੈ ਡਾਇਬਟੀਜ਼ ਹੈ ਉਹ ਵਧਣ ਲੱਗ ਜਾਂਦੀ ਹੈ ਜੀ ਇਹ ਡਿਪਰੈਸ਼ਨ ਦੇ ਵੀ ਵੱਡੇ ਕਾਰਨ ਇਹਦੇ ਨਾਲ ਬਹੁਤ ਹਾਂਜੀ ਬਹੁਤ ਵੱਡੇ ਕਾਰਨ ਹੈ ਜੀ ਡਿਪਰੈਸ਼ਨ ਤਾਂ ਅੱਜ ਤੁਸੀਂ ਇਹ ਲੈ ਲਓ ਵੀ 7ਵੀਂ 8ਵੀਂ ਦੇ ਵਿੱਚ ਪੜ ਰਹੇ ਬੱਚੇ ਤੋਂ ਲੈ ਕੇ ਤੇ 100 ਸਾਲ ਦੇ ਬਜ਼ੁਰਗ ਤੱਕ ਸਾਰੀ ਡਿਪਰੈਸ਼ਨ ਚ ਹੈ ਜੀ ਇਹ ਮੇਨ ਮੁੱਦਾ ਹੈ ਡਿਪਰੈਸ਼ਨ ਦੇ ਨਾਲ ਸ਼ੂਗਰ ਵੀ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਸ਼ੂਗਰ ਹੈ ਜੀ ਸ਼ੂਗਰ ਦਾ ਸਭ ਤੋਂ ਬਾਅਦ ਮਤਲਬ ਜਿਹੜਾ ਅਸਰ ਹੈ ਡਿਪਰੈਸ਼ਨ ਦਾ ਉਹ ਸਾਡੇ ਲੀਵਰ ਤੇ ਪੈਂਦਾ ਹੈ ਜਿਹਨੂੰ ਅਸੀਂ ਗਿਆਨ ਇੰਦਰੀਆਂ ਕਹਿੰਦੇ ਆ ਤੇ ਉਹ ਸਾਡੇ ਮਨ ਦੇ ਉੱਤੇ ਵਿਕਾਰ ਆਉਂਦੇ ਆ ਉਹਨਾਂ ਵਿਕਾਰਾਂ ਕਰਕੇ ਸਾਡਾ ਜਿਵੇਂ ਲੀਵਰ ਦਾ ਤੁਸੀਂ ਵਿੱਚ ਜ਼ਿਕਰ ਕੀਤਾ ਸੀ ਵੀ ਲੀਵਰ ਦੀਆਂ ਅੱਜਕੱਲ੍ਹ ਸਮੱਸਿਆਵਾਂ ਹੈ ਜੀ ਤੇ ਉਹ ਲੀਵਰ ਫੈਟੀ ਹੁੰਦਾ ਹੈ ਫੈਟੀ ਲੀਵਰ ਹੋਣ ਕਰਕੇ ਸਾਡਾ ਜਿਹੜਾ ਪਾਚਨ ਤੰਤਰ ਹੈ ਉਹ ਖਰਾਬ ਹੋ ਜਾਂਦਾ ਹੈ ਉਸ ਪਾਚਨ ਤੰਤਰ ਦੀ ਖਰਾਬਤਾ ਦੇ ਮਦਦਤਾ ਦੇ ਨਾਲ ਇਹ ਫਿਰ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਹੈਗਾ ਕੋਲੇਸਟ੍ਰੋਲ ਵੱਧ ਗਿਆ ਸਾਨੂੰ ਡਾਇਬਟੀਜ਼ ਹੋ ਗਈ ਸਾਨੂੰ ਲੀਵਰ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਜੀ ਅੱਜਕੱਲ ਜਿਹਨੂੰ ਦੀ ਜੇ ਤੀਜੇ ਨੂੰ ਪੁੱਛੋ ਐਸਿਡ ਬਣਦਾ ਜੀ ਨੀਂਦ ਨਹੀਂ ਪ੍ਰੋਪਰ ਆਉਂਦੀ ਬਿਲਕੁਲ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਆਂ ਤੁਸੀਂ ਪਹਿਲਾਂ ਮੈਨੂੰ ਆਫਰ ਕੋਡ ਗੱਲ ਕਰ ਰਹੇ ਸੀ ਕੋਈ ਇਸ ਤਰ੍ਹਾਂ ਆਪਣੀਆਂ ਲੇਡੀਜ਼ ਨੇ ਜੋ ਡਰਿੰਕ ਵੀ ਨਹੀਂ ਕਰਦੀਆਂ ਤੇ ਉਹਨਾਂ ਨੂੰ ਵੀ ਸ਼ੂਗਰ ਹੋ ਜਾਂਦਾ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਵੀ ਸ਼ੂਗਰ ਹੋ ਜਾਂਦਾ ਇਹਦਾ ਮੇਨ ਜਿਹੜਾ ਕਾਰਨ ਹੈ ਉਹ ਟੈਨਸ਼ਨ ਹੈ ਇਸਦੇ ਕਾਰਨ ਹੀ ਸ਼ੂਗਰ ਹੁੰਦਾ ਉਦੇਚ ਜੀ ਇੱਕ ਤਾਂ ਜਿਹੜੇ ਪਰਮਿੰਦਰ ਜੀ ਮੈਂ ਇੱਕ ਤੁਹਾਡੇ ਨਾਲ ਇਸ ਤੋਂ ਥੋੜੀ ਜੀ ਹਟ ਕੇ ਗੱਲ ਕਰਨੀ ਚਾਹੁੰਦਾ ਹਾਂ ਪਿੱਛੇ ਜਿਵੇਂ ਆਪਣੇ ਹਾਈਬ੍ਰਿਡ ਜਿਹੜੇ ਬੀਜ ਨੇ ਚਾਹੇ ਉਹ ਸਬਜ਼ੀਆਂ ਦੇ ਐ ਚਾਹੇ ਉਹ ਫਸਲਾਂ ਦੇ ਐ ਤੇ ਹੁਣ ਤਾਂ ਹੋਰ ਵੀ ਜ਼ਿਆਦਾ ਇੱਕ ਆਇਆ ਜਿਹਨੂੰ ਅਸੀਂ ਬੀਟੀ ਕਹਿੰਦੇ ਆ ਉਹਨਾਂ ਦਾ ਵੀ ਜਿਹੜਾ ਜੀਨਸ ਹੈ ਉਹ ਸਾਡੀ ਬਾਡੀ ਦੇ ਅਨੁਕੂਲ ਨਹੀਂ ਹੈ ਇਸ ਕਾਰਨ ਕਰਕੇ ਵੀ ਮਤਲਬ ਇਹ ਸਮੱਸਿਆਵਾਂ ਆ ਰਹੀਆਂ ਜੀ ਜਿਵੇਂ ਹੁਣ ਪਸ਼ੂਆਂ ਨੂੰ ਦੁੱਧ ਦੇ ਟੀਕੇ ਲਾਉਂਦੇ ਸਾਂ ਤੇ ਚਲੋ ਹਾਲੇ ਵੀ ਜਿਹੜੇ ਵਪਾਰੀ ਲੋਕ ਆ ਉਹ ਕਰਦੇ ਆ ਫਿਰ ਹਰ ਇੱਕ ਚੀਜ਼ ਵਿੱਚ ਮਿਲਾਵਟ ਹੋਗੀ ਮਿਲਾਵਟ ਦੇ ਨਾਲ ਨਾਲ ਜਿਵੇਂ ਹੁਣ ਤੁਸੀਂ ਲੇਡੀਜ਼ ਦੀ ਗੱਲ ਕੀਤੀ ਹੈ ਵੀ ਉਹ ਬਿਲਕੁਲ ਮੇਰੇ ਕੋਲੇ ਇਸ ਤਰ੍ਹਾਂ ਆਉਂਦੀਆਂ ਬਹੁਤ ਸਾਰੀਆਂ ਲੇਡੀਜ਼ ਆਉਂਦੀਆਂ ਨੇ ਜਾਂ ਜੈਂਟਲਸ ਆਉਂਦੇ ਆ ਜਾਂ ਉਹ ਲੇਡੀਜ਼ ਦਾ ਇਹ ਕਹਿਣਾ ਹੁੰਦਾ ਜੀ ਮੇਰੇ ਘਰ ਵਾਲਾ ਤਾਂ ਮਤਲਬ ਜਿੱਦ ਦੇ ਦੀ ਮੈਂ ਵਿਆਹੀ ਐ ਉਹ ਦਿਨ ਦਾ ਹੀ ਇਹਨੂੰ ਇਹ ਨਹੀਂ ਪਤਾ ਵੀ ਦੁਨੀਆ ਬਸ ਦੀ ਕਿੱਥੇ ਤਾਂ ਬੇਹੋਸ਼ੀ ਰਹਿੰਦਾ ਜੀ ਨਸ਼ੇ 'ਚ ਇੱਕ ਨਹੀਂ ਜੀ ਕਈ ਕਈ ਕੋਈ ਗੋਲੀਆਂ ਦੇ ਨਸ਼ੇ ਹੈ ਕੋਈ ਸ਼ਰਾਬ ਦਾ ਨਸ਼ਾ ਹੈ ਕੋਈ ਕੈਮੀਕਲ ਦਾ ਨਸ਼ਾ ਹੈ ਉਹ ਨਸ਼ਾ ਲੈ ਲੈ ਕੇ ਉਹਨਾਂ ਦੇ ਘਰ ਬਰਬਾਦ ਹੈ ਜੀ ਪਰ ਉਹ ਬੰਦੇ ਜੇ ਮੈਂ ਉਹਨਾਂ ਨੂੰ ਇਹ ਕਹਿੰਦਾ ਵੀ ਉਹ ਤੰਦਰੁਸਤ ਹੈ ਆਦਮੀ ਅੱਜ ਵੀ ਅਤਕਤ ਨਹੀਂ ਨਹੀਂ ਹੈ ਉਹ ਤੰਦਰੁਸਤ ਨੇ ਪਰਿਵਾਰ ਕਿਉਂ ਕਿਉਂ ਕਿਉਂਕਿ ਇੱਕ ਜਿਹੜੀ ਲੇਡੀਜ਼ ਨੂੰ ਪਤਾ ਹੈ ਵੀ ਮੇਰੀ ਰਸੋਈ ਦੇ ਵਿੱਚ ਆਟਾ ਨਹੀਂ ਮੇਰੀ ਰਸੋਈ ਦੇ ਵਿੱਚ ਸਿੱਧਾ ਨਹੀਂ ਖੰਡ ਨਹੀਂ ਦਾਲ ਸਬਜ਼ੀ ਨਹੀਂ ਉਹਨੂੰ ਉਸ ਜਿਹੜੀ ਡਿਪਰੈਸ਼ਨ ਕਹ ਲੋ ਉਸ ਦੇ ਫਿਕਰ ਨਾਲ ਉਸ ਨੂੰ ਉਹ ਬਿਮਾਰੀ ਨਵੀਂ ਹੋਗੀ ਜੀ ਜਿਹੜੇ ਬੰਦੇ ਨੇ ਖਾ ਲਿਆ ਉਹਨੂੰ ਤਾਂ ਸਿਰਫ ਆਪਦੀ ਸਿਹਤ ਦਾ ਹੀ ਹੈ ਨਾ ਵੀ ਹਾ ਹੁਣੇ ਨਸ਼ਾ ਲੈ ਲਿਆ ਬਸ ਉਹਨੂੰ ਉਹ ਜਿਵੇਂ ਇੱਕ ਆਪਣੇ ਕਹਾਵਤ ਹੈ ਬੀਸਿਕਲੀ ਆਪਾਂ ਬੈਸ ਗੱਲ ਕਰੀਏ ਬੈਸਾ ਵੀ ਜਿਹੜਾ ਅਪਰ ਸ਼ੂਗਰ ਹੈ ਵੀ ਅਖੰਡ ਦੇ ਨਾਲ ਹੁੰਦਾ ਬੀਸਿਕਲੀ ਬਹੁਤ ਇਹ ਜੇ ਲੋਕ ਨੇ ਜਿਹੜੇ ਸਾਰਾ ਦਿਨ ਮਿੱਠਾ ਖਾਈ ਜਾਂਦੇ ਉਹਨਾਂ ਨੂੰ ਸ਼ੂਗਰ ਹੁੰਦੀ ਨਹੀਂ ਉਹਨਾਂ ਦੀ ਉਮਰ 80-83 ਸਾਲ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਗੱਲ ਕਿਹਾ ਵੀ ਇਹ ਤਾਂ ਅਸਲ 'ਚ ਇੱਕ ਤਾਂ ਥੋੜਾ ਜਿਹਾ ਜੈਨੇਟਿਕ ਕਹੋ ਉਹ ਹੈਗਾ ਖਾਨਦਾਨੀ ਮਤਲਬ ਜਿਨ੍ਹਾਂ ਨੂੰ ਹੈਗਾ ਸ਼ੂਗਰ ਉਸ ਪਰਿਵਾਰਾਂ ਦੇ ਵਿੱਚ ਆਉਣ ਦਾ ਡਰ ਹੁੰਦਾ ਦੂਸਰਾ ਮਤਲਬ ਇਹਦੀ ਇਹਨਾਂ ਨਾਲ ਕੋਈ ਨੀਂਜੀ ਤਾਲੁਕਤ ਵੀ ਹੈ ਮਿੱਠਾ ਜ਼ਿਆਦਾ ਖਾਣਾ ਹੁੰਦਾ ਜਿਵੇਂ ਤੁਸੀਂ ਆਪਾਂ ਪਹਿਲਾਂ ਨਸ਼ੇ ਦੀ ਗੱਲ ਕੀਤੀ ਹੈ ਵੀ ਲੇਡੀਜ਼ ਨੇ ਤਾਂ ਬਚਪਨ ਤੋਂ ਲੈ ਕੇ ਮਰਨ ਤੱਕ ਜਾਂ ਬਿਮਾਰ ਹੋਣ ਤੱਕ ਜਦੋਂ ਤੱਕ ਸਾਡੇ ਕੋਲ ਉਦੋਂ ਤੱਕ ਨਸ਼ਾ ਨਹੀਂ ਕੀਤਾ ਐਵੇਂ ਜਿਵੇਂ ਬਹੁਤ ਬੰਦੇ ਲਿਮਟ 'ਚ ਮਿੱਠਾ ਖਾਂਦੇ ਆ ਜਿਹੜੇ ਬਹੁਤ ਅੱਜਕੱਲ੍ਹ ਆਪਦੀ ਸਿਹਤ ਪ੍ਰਤੀ ਸੁਚੇਤ ਨੇ ਉਹ ਤਾਂ ਬਹੁਤ ਲਿਮਟ 'ਚ ਖਰਾ ਖਾਂਦੇ ਆ ਪਰ ਉਹਨਾਂ ਨੂੰ ਵੀ ਸ਼ੂਗਰ ਹੈ ਇਸ ਦਾ ਉਹਦਾ ਕੋਈ ਹੋਰ ਵਿਸ਼ੇਸ਼ ਕਾਰਨ ਨੇ ਖਾਸ ਕਾਰਨ ਨੇ ਜਿਵੇਂ ਕਿਸੇ ਨੂੰ ਐਸਰਡ ਬਣ ਗਿਆ ਕਿਸੇ ਨੂੰ ਬਿਜ਼ਨਸ ਚ ਘਾਟਾ ਪੈ ਗਿਆ ਫਿਰ ਅੱਜ ਕੱਲ ਜਿਹੜਾ ਹੁਣ ਅਜੋਕਾ ਯੁੱਗ ਹੈ ਇਹਦੇ ਵਿੱਚ ਤਾਂ ਸਾਰਾ ਹੀ ਦਾਮਾਂਦੋਰੀ ਮਤਲਬ ਕੱਲੇ ਦਿਮਾਗ ਤੇ ਹੈ ਜੀ ਡਿਪਰੈਸ਼ਨਤੀ ਹੈ ਤੇ ਇਹ ਜਿਹਦੇ ਕਾਰਨ ਇਹ ਸ਼ੂਗਰ ਦੀ ਬਿਮਾਰੀ ਜ਼ਿਆਦਾ ਵੱਧ ਰਹੀ ਹੈ ਹੋਰ ਕਿਹੜੇ ਕਾਰਨ ਨੇ ਜਿਸ ਦੇ ਕਾਰਨ ਸ਼ੂਗਰ ਹੁੰਦਾ ਹਾਂਜੀ ਹਾਂ ਹੋਰ ਇਹਦੇ ਵਿੱਚ ਕਾਰਨ ਹੈ ਜੀ ਜਿਵੇਂ ਪ੍ਰੋਪਰ ਐਕਸਰਸਾਈਜ਼ ਹੈ ਨਹੀਂ ਹੈ ਕੋਈ ਸੈਰ ਨਹੀਂ ਹੈ ਫੇਰ ਕੋਈ ਸਾਡੇ ਜਿਹੜੀਆਂ ਜਹਿਰੀਲੀਆਂ ਮਤਲਬ ਖਾਣ ਵਾਲੀਆਂ ਵਸਤੂਆਂ ਐ ਮਲਾਵਟ ਖੋਰੀ ਐ ਦੂਸਰਾ ਸਾਡੀ ਸਭ ਤੋਂ ਵੱਡੀ ਗੱਲ ਜੀ ਜਿਹੜੀ ਮੈਂ ਮੰਨਦਾ ਉਹ ਇਹ ਐ ਵੀ ਜਿਹੜੇ ਲੋਕ ਅਸਲ ਚ ਆਪਦੇ ਧਰਮ ਨਾਲੋਂ ਆਪਦੇ ਸਰੀਰ ਨਾਲੋਂ ਟੁੱਟ ਗਏ ਐ ਇਹ ਉਹਨਾਂ ਦਾ ਅਸਲ ਕਾਰਨ ਮੈਂ ਮੰਨਦਾ ਬਿਲਕੁਲ ਹੀ ਮੰਨਦਾ ਤੁਸੀਂ ਕਈ ਵਾਰੀ ਕੋਈ ਤਰਕ ਵਾਲਾ ਬੰਦਾ ਹੁੰਦਾ ਤਰਕਸ਼ੀਲ ਵਾਲੇ ਬੰਦੇ ਆਉਂਦੇ ਆ ਜੀ ਵੀ ਇਹ ਬਿਮਾਰੀ ਦਾ ਤੁਸੀਂ ਕਿਹੜੇ ਧਰਮ ਨਾਲ ਜੋੜਦੇ ਹੋ ਮੈਂ ਕਿਸੇ ਧਰਮ ਦਾ ਨਾ ਤਾਂ ਵਿਰੋਧੀ ਹਾਂ ਨਾ ਮੈਂ ਕਿਸੇ ਧਰਮ ਦਾ ਹਾਮੀ ਹਾਂ ਮੇਰਾ ਕਹਿਣ ਦਾ ਭਾਵ ਹੈ ਵੀ ਅਸੀਂ ਮੂਲ ਨਾਲੋਂ ਟੁੱਟੇ ਹੋਏ ਹਾਂ ਜੀ ਮੂਲ ਸਾਡਾ ਬੇਸਿਕਲੀ ਜਿਹੜਾ ਮੂਲ ਹੈ ਉਹ ਅਕਾਲ ਪੁਰਖ ਪਰਮੇਸ਼ਰ ਹੈ ਉਹਨੂੰ ਕੋਈ ਮੰਨੋ ਨਾ ਮੰਨੋ ਕਿਉਂਕਿ ਸਾਡੀ ਜਿਹੜੀ ਮਤਲ ਜਿਹਨੂੰ ਅਸੀਂ ਅੱਜਕੱਲ ਮੈਡੀਟੇਸ਼ਨ ਕਹ ਰਹੇ ਹਾਂ ਮੈਡੀਟੇਸ਼ਨ ਵੀ ਕੀ ਹੈ ਉਹ ਵੀ ਤਾਂ ਤਰਕੀ ਹੈ ਮੈਡੀਟੇਸ਼ਨ ਨੂੰ ਲੋਕ ਕਰਦੇ ਆ ਅਪਣਾਉਂਦੇ ਆ ਅੰਗਰੇਜ਼ ਅਪਣਾਉਂਦੇ ਐ ਸੋ ਜਿਹੜੀਆਂ ਮੈਡੀਟੇਸ਼ਨ ਹੈ ਮੈਡੀਟੇਸ਼ਨ ਵੀ ਇੱਕ ਰੱਬ ਦਾ ਨਾਮ ਹੈ ਜੇ ਉਹ ਉਹਦੇ ਨਾਲ ਅਸੀਂ ਜੁੜਦੇ ਆ ਸਾਡਾ ਸਭ ਤੋਂ ਪਹਿਲਾਂ ਜੀ ਜਿਹੜਾ ਮਨ ਹੈ ਮਨ ਸਥਿਰ ਹੁੰਦਾ ਜਿੰਨਾ ਟਾਈਮ ਸਾਡਾ ਮਨ ਸਥਿਰ ਨਹੀਂ ਹੁੰਦਾ ਉਹਨਾਂ ਟਾਈਮ ਅਸੀਂ ਜਿੰਨੀਆਂ ਮਰਜ਼ੀ ਦਵਾਈਆਂ ਖਾਈਏ ਜਿਹੜੇ ਚੰਗੇ ਵੈਦ ਤੋਂ ਖਾਈਏ ਚੰਗੇ ਡਾਕਟਰ ਤੋਂ ਖਾਈਏ ਸਾਡੀਆਂ ਇਹਨਾਂ ਬਿਮਾਰੀਆਂ ਦਾ ਛੁਟਕਾਰਾ ਕੱਲੀਆਂ ਦਵਾਈਆਂ ਨਾਲ ਨਹੀਂ ਹੁੰਦਾ ਜੀ ਸਾਨੂੰ ਥੋੜਾ ਜਿਹਾ ਸਹਿਜ ਵਿੱਚ ਵੀ ਆਉਣਾ ਪਊ ਦੀ ਰੋਕਥਾਮ ਲਈ ਕਿਹੜੇ ਐਜਾਪਾ ਨੇ ਕਿਉਂਕਿ ਛੋਟੀ ਉਮਰਾਂ ਦੇ ਵਿੱਚ 슈ਗਰ ਤੇ ਬੀਸਕਲੀ ਆਪਾਂ ਬਣੀਏ ਵੱਡੀਆਂ ਉਮਰਾਂ ਦੇ ਵਿੱਚ ਵੀ 슈ਗਰ ਹੋ ਜਾਂਦਾ ਹੈ ਇਹਦੇ ਰੋਕ ਦੇ ਕੀ ਕਾਰਨ ਨੇ ਦੇਖੋ ਜੀ ਇਹ ਮੈਡੀਕਲ ਜਿਹੜੀ ਮਾਡਰਨ ਸਾਇੰਸ ਹੈ ਇਸ ਨੇ ਇਸ ਨੂੰ ਦੋ ਹਿੱਸਿਆਂ ਚ ਵੰਡਿਆ ਹੋਇਆ ਇੱਕ ਨੂੰ ਏ ਸ਼੍ਰੈਣੀ ਕਹਿੰਦੇ ਆ ਫਸਟ ਕਲਾਸ ਦਾ 슈ਗਰ ਹੈ ਜਿਹੜਾ ਬਾਈ ਬਰਥ ਜਾਂ ਛੋਟੀ ਉਮਰ ਚ ਹੁੰਦਾ ਹੈ ਦੂਸਰਾ ਬੀ ਸ਼੍ਰੈਣੀ ਦਾ 슈ਗਰ ਹੈ ਜਿਹੜਾ ਕਿ ਤਕਰੀਬਨ 35-40 ਸਾਲ ਤੋਂ ਬਾਅਦ ਹੁੰਦਾ ਹੈ ਇਹ ਦੋਨੋਂ ਸ਼ੂਗਰਾਂ ਦੇ ਵਿੱਚ ਇੱਕ ਅੰਤਰ ਹੈ ਜਿਹੜਾ ਛੋਟੀ ਉਮਰ ਦਾ ਉਹਦੇ ਵਿੱਚ ਇਨਸੂਲਿਨ ਜਲਦੀ ਸ਼ੁਰੂ ਹੋ ਜਾਂਦਾ ਜਿਹਨੇ ਇਨਸੂਲਿਨ ਤੋਂ ਬਿਨਾਂ ਕਿਸੇ ਟੈਬਲੇਟ ਨਾਲ ਜਾਂ ਕਿਸੇ ਦਵਾਈਆਂ ਨਾਲ ਨਹੀਂ ਰੁਕਦਾ ਜਿਹੜਾ ਬੀਜ ਰੈਣੀ ਦਾ ਸ਼ੂਗਰ ਹੈ ਉਹਦੇ ਵਿੱਚ ਤੁਸੀਂ ਕੁਝ ਖਾਣ ਪੀਣ ਦੇ ਪਰਹੇਜ਼ ਕਰਕੇ ਕੁਝ ਥੋੜੀਆਂ-ਬੋਤੀਆਂ ਜਿਹੜੀਆਂ ਆਪਣੀਆਂ ਘਰੇਲੂ ਜੜੀਆਂ ਬੂਟੀਆਂ ਹੈਗੀਆਂ ਉਹਨਾਂ ਨਾਲ ਔਰ ਸੈਰ ਕਰਕੇ ਐਕਸਰਸਾਈਜ਼ ਕਰਕੇ ਕੁਝ ਥੋੜੇ-ਬੋਤੇ ਯੋਗ ਸਾਧਨ ਵੀ ਹਨ ਉਹ ਐਕਸਰਸਾਈਜ਼ ਤੇ ਯੋਗ ਇੱਕ ਦੂਸਰਾ ਹੈਗਾ ਆਪਣਾ ਦੂਸਰਾ ਪੜਾ ਕਹਿ ਲੋ ਉਸਨੂੰ ਦੂਸਰਾ ਮਤਲਬ ਐਕਸਰਸਾਈਜ਼ ਕਹਿ ਲੋ ਯੋਗ ਕਹਿ ਲੋ ਕਿਉਂਕਿ ਯੋਗ ਤੇ ਇੱਕ ਸਾਧਨਾ ਉਹਨਾਂ 'ਚ ਵੀ ਅੰਤਰ ਹੈ ਜੀ ਹਾਂਜੀ ਇਹਦੇ ਲੱਛਣ ਕੀ ਹੁੰਦੇ ਨੇ 슈ਗਰ ਦਾ ਕਈ ਵਾਰ ਆਪ ਨੂੰ ਪਤਾ ਨਹੀਂ ਲੱਗਦਾ ਪੰਜ ਚਾਰ ਚਾਰ ਸਾਲ 슈ਗਰ ਦੇ ਲੱਛਣ ਕੀ ਹੁੰਦੇ ਵੀ ਜਦੋਂ ਪਤਾ ਲੱਗਦਾ ਵੀ ਹੁਣ ਆਪ ਨੂੰ 슈ਗਰ ਹੋਣਾ ਸ਼ੁਰੂ ਹੋ ਗਿਆ ਜਾਂ 슈ਗਰ ਹੋ ਚੁੱਕਿਆ ਉਹਦੇ ਵਿੱਚ ਜੀ ਮੇਨ ਜਿਹੜੇ ਬੇਸਿਕਲੀ ਹੈ ਵੀ ਇੱਕ ਤਾਂ ਮੂੰਹ ਸੁੱਕਣਾ ਕਹਿ ਲੋ ਪਿਆਸ ਜੀ ਨੂੰ ਕਹਿੰਦੇ ਆ ਜਿਆਦਾ ਲੱਗਦੀ ਹੈ ਦੂਸਰਾ ਸਰੀਰ ਦੇ ਵਿੱਚ ਸਭ ਤੋਂ ਜਿਆਦਾ ਪਹਿਲਾਂ ਭੁੱਖ ਦੀ ਅਸਰ ਪੈਂਦਾ ਵੀ ਭੁੱਖ ਬਾਰ-ਬਾਰ ਲੱਗਦੀ ਹੈ ਜਾਂ ਕਈਆਂ ਨੂੰ ਭੁੱਖ ਦੀ ਮੰਦਤਾ ਆ ਜਾਂਦੀ ਹੈ ਭੁੱਖ ਨਹੀਂ ਲੱਗਦੀ ਜਾਂ ਸਾਡੇ ਮੂੰਹ ਦਾ ਟੇਸਟ ਖਰਾਬ ਹੋ ਜਾਂਦਾ ਤੀਸਰਾ ਸਾਡੀਆਂ ਜਿਹੜੀਆਂ ਪਿੰਜਨੀਆਂ ਨੇ ਪਿੰਜਨੀਆਂ ਦੇ ਵਿੱਚ ਹਲਕਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਸਰੀਰ ਦੇ ਵਿੱਚ ਆਲਸ ਆਉਣੀ ਸ਼ੁਰੂ ਹੋ ਜਾਂਦੀ ਹੈ ਇਹ ਦੇ ਮੁਢਲੇ ਕਾਰਨ ਹੈ ਜੀ ਫਿਰ ਉਸ ਤੋਂ ਬਾਅਦ ਹੌਲੀ-ਹੌਲੀ ਜਿਵੇਂ-ਜਿਵੇਂ ਇਹ ਰੋਗ ਦਾ ਰੋਕ ਥਮ ਨਹੀਂ ਹੁੰਦਾ ਤਾਂ ਇਹ ਆਪ ਦੀ ਜਿਹੜੀ ਗ੍ਰਿਫਤ ਦੇ ਵਿੱਚ ਲੈਂਦਾ ਸ਼ਰੀਰ ਨੂੰ ਫਿਰ ਇਹਦੇ ਵਿੱਚ ਨਿਗਾ ਘਟ ਜਾਣੇ ਕਾਲਾ ਜਾਂ ਚਿੱਟਾ ਸੌਰੀ ਚਿੱਟਾ ਮੋਤੀਆ ਪਹਿਲਾਂ ਸ਼ੁਰੂ ਹੋ ਜਾਂਦਾ ਫਿਰ ਕਾਲਾ ਹੋ ਜਾਂਦਾ ਇਸ ਤਰ੍ਹਾਂ ਕਰਕੇ ਔਰ ਮਤਲਬ ਇਹਨਾਂ ਦਾ ਇਨਫੈਂਟਰੀਲਿਟੀ ਤੇ ਵੀ ਅਸਰ ਕਾਫੀ ਪੈਂਦਾ ਚਾਹੇ ਹੋ ਲੇਡੀਜ਼ ਦੇ ਵਿੱਚ ਹੈ ਚਾਹੇ ਹੋ ਜੈਂਟਲਸ ਦੇ ਵਿੱਚ ਹੈ ਬਿਲਕੁਲ ਜੇ ਅਸੀਂ ਅੱਪ ਗੱਲ ਕਰੀਏ ਐਲੋਪੈਥੀ ਮੈਡੀਸਨ ਹੋ ਰਾ ਤੁਹਾਡੇ ਮੁਤਾਬਕ ਜਿਸ ਤਰੀਕੇ ਨਾਲ ਤੁਸੀਂ ਅਯੁਰਵੈਦਿਕ ਦਿੰਨੇ ਹੋ ਉਹ ਕਿਸ ਤਰ੍ਹਾਂ ਤੁਸੀਂ ਦਵਾਈਆਂ ਜਿਹੜੀਆਂ ਤਿਆਰ ਕਰਦੇ ਹੋ ਕਿਸ ਤਰ੍ਹਾਂ ਦਵਾਈ ਦਿੰਨੇ ਹੋ ਤੁਸੀਂ ਹਾਂਜੀ ਉਹਦੇ ਵਿੱਚ ਪ੍ਰਵਿੰਦਰ ਜੀ ਦੇਖੋ ਦਵਾਈ ਜਿਹੜੀ ਹੈ ਆਯੁਰਵੈਦਿਕ ਦੇ ਵਿੱਚ ਅਸੀਂ ਜਿਵੇਂ ਚਲੋ ਮੇਰੇ ਤੇ ਲਾ ਲੋ ਅਸੀਂ ਤਿਆਰ ਕਰਨ ਦਾ ਕਿਉਂਕਿ ਹਰ ਜਿਹੜਾ ਬੈਦ ਹੈ ਜੀ ਬੈਦਾਂ ਦੇ ਅਲੱਗ-ਅਲੱਗ ਤਜਰਬੇ ਨੇ ਅਲੱਗ-ਅਲੱਗ ਉਹਨਾਂ ਦਾ ਦਵਾਈ ਦੇਣ ਦਾ ਢੰਗ ਤਰੀਕਾ ਹੈ ਤੇ ਐਲੋਪੈਥਿਕ ਦੇ ਵਿੱਚ ਤਾਂ ਚਲੋ ਇਹ ਹੈ ਵੀ ਇੱਕ ਫਾਰਮੇਸੀ ਹੁੰਦੀ ਹੈ ਰეკਮੈਂਡਡ ਉਹਦੀਆਂ ਮੈਡੀਸਨਾਂ ਹਨ ਤਕਰੀਬਨ ਸਾਰੇ ਵਿਸ਼ਵ ਦੇ ਡਾਕਟਰਾਂ ਨੇ ਇੱਕੋ ਜਿਹੀ ਹੀ ਦੇਣੀਆਂ ਹੁੰਦੀਆਂ ਐਲੋਪੈਥੀ ਦੇ ਵਿੱਚ ਥੋੜੇ-ਬਹੁਤੇ ਕੋਈ ਸਾਲਟਾਂ ਦਾ ਫਰਕ ਪੈ ਸਕਦਾ ਮੈਨੂੰ ਉਹਦੇ ਬਾਰੇ ਬਹੁਤੀ ਨੌਲੇਜ ਵੀ ਹੈ ਨਹੀਂ ਤੇ ਪਰ ਆਯੁਰਵੇਦਿਕ ਦੇ ਵਿੱਚ ਮੈਂ ਇਸ ਦੇ ਉੱਤੇ ਕਾਫੀ ਸੈਮੀਨਾਰ ਵੀ ਮੈਂ ਬੀਕਾਨੇਰ ਦੇ ਵਿੱਚ ਜਾਂ ਜੈਪੁਰ ਦੇ ਵਿੱਚ ਜਾਂ ਹੋਰ ਕਈ ਥਾਵਾਂ ਦੇ ਵਿੱਚ ਅਲੀਗੜ ਵਗੈਰਾ ਮੈਂ ਅਟੈਂਡ ਕੀਤੇ ਨੇ ਮੇਰੇ ਗੁਰੂ ਜੀ ਦੇ ਨਾਲ ਮਹਾਰਾਸ਼ਟਰ ਚ ਵੀ ਮੈਂ ਇਸ ਵਾਸਤੇ ਵਿਸ਼ੇ ਤੇ ਇੱਕ ਵਾਰੀ ਗਏ ਸੀ ਕਾਫੀ ਪਹਿਲਾਂ ਤੇ ਇਹਦੇ ਵਿੱਚ ਮਤਲਬ ਅਸੀਂ ਜਿਹੜਾ ਉਹਦਾ ਬੇਸਿਕਲੀ ਮਰੀਜ਼ ਦਾ ਹੈ ਸਾਡਾ ਜਿਵੇਂ ਵਾਤ ਪਿੱਤ ਔਰ ਕਫ ਤਿੰਨ ਦੋਸ਼ ਨੇ ਜੋ ਆਯੁਰਵੇਦਿਕ ਨੇ ਮੰਨੇ ਆ ਆਯੁਰਵੇਦ ਕੇਤੇ ਰਿਸ਼ੀਆਂ ਮੁੰਨੀਆਂ ਨੇ ਉਹਨਾਂ ਦਾ ਬੇਸ ਬਣਾਉਣਾ ਜੀ ਆਧਾਰ ਉਹ ਹੁੰਦਾ ਹੈ ਉਸ ਦੇ ਆਧਾਰ ਤੇ ਅੱਗੇ ਫਿਰ ਅਸੀਂ ਮਰੀਜ਼ ਨੂੰ ਜਿਹੜਾ ਰਿਕਮੈਂਡ ਕਰਦੇ ਆਂ ਵੀ ਇਹ ਦਵਾਈ ਖਾਣੀ ਹੈ ਜੀ ਇਸ ਪ੍ਰਕਿਰਤੀ ਦੇ ਵਿੱਚ ਆਪ ਰਹਿਜ ਰੱਖਣਾ ਜਿਵੇਂ ਸੁਪੋਜ ਕਰੋ ਵੀ ਹੁਣ ਕਿਸੇ ਨੂੰ ਅਸੀਂ ਦਾਲਾਂ ਬੰਦ ਕਰਦੇ ਆਂ ਕਿਸੇ ਆਦਮੀ ਨੂੰ ਅਸੀਂ ਦਾਲਾਂ ਦਾ ਰਿਕਮੈਂਡ ਕਰਦੇ ਆਂ ਵੀ ਦਾਲਾਂ ਦੀ ਸਲਾਹ ਦਿੰਦੇ ਆਂ ਵੀ ਤੁਸੀਂ ਦਾਲਾਂ ਖਾਓ ਜੀ ਸੋ ਇਸ ਕਰਕੇ ਵੀ ਇਹ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਮਰੀਜ਼ ਦੀ ਮੈਡੀਸਨ ਇੱਕ ਹੀ ਹੋਵੇ ਉਹ ਬਖਰੀ ਬਖਰੀ ਹੈ ਉਹਨਾਂ ਦੀ ਪ੍ਰਕਿਰਤੀ ਤੇ ਹੈ ਉਹਨਾਂ ਦੇ ਕੰਮ ਤੇ ਹੈ ਜਿਹੜਾ ਕਿਰਤੀ ਬੰਦੇ ਨੂੰ ਸ਼ੂਗਰ ਹੋਣਾ ਹੈ ਜਿਹੜਾ ਇੱਕ ਮੰਨ ਲਓ ਰਿਕਸ਼ਾ ਚਲਾਉਂਦਾ ਇੱਕ ਖੇਤੀ ਕਰਦਾ ਹੈ ਖੇਤ ਦਾ ਕੰਮ ਕਰਦਾ ਹੈ ਭਾਵੇਂ ਉਹ ਖੇਤੀ ਨਾਲ ਜੁੜਿਆ ਹੋਇਆ ਵਿਅਕਤੀ ਹੈ ਜਾਂ ਕੋਈ ਸਰੀਰਕ ਮਿਹਨਤ ਕਰਦਾ ਉਹਨੂੰ ਘੱਟ ਦਵਾਈਆਂ ਨਾਲ ਔਰ ਹਲਕੀਆਂ ਦਵਾਈਆਂ ਨਾਲ ਠੀਕ ਹੋ ਜਾਂਦਾ ਜਿਹੜੇ ਕੋਈ ਵਕੀਲ ਹੈ ਜਾਂ ਖੁਦ ਡਾਕਟਰ ਹੈ ਜਾਂ ਕੋਈ ਰਾਜਨੇਤਾ ਲੋਕ ਹੈ ਜਾਂ ਜਿਹੜੇ ਵੱਡੇ बिजनेसमੈਨ ਹੈ ਉਹਨਾਂ ਦੀਆਂ ਦਵਾਈਆਂ ਲੱਗ ਹੁੰਦੀਆਂ ਕਿਉਂਕਿ ਉਹਨਾਂ ਦੇ ਦਿਮਾਗ ਤੇ ਬੋਝ ਹੁੰਦਾ ਇਹ ਮੈਂ ਪਹਿਲੀਆਂ ਚੀ ਤੁਹਾਨੂੰ ਆਖਿਆ ਵੀ ਜਿਹੜਾ ਇਹ ਰੋਗ ਹੈ ਇਹ ਜਿਆਦਾ ਜੇ ਸਾਡੀ ਡਿਪਰੈਸ਼ਨ ਤੋਂ ਸ਼ੁਰੂ ਹੁੰਦਾ ਤੇ ਉਹਨਾਂ ਦੇ ਜਿੰਨਾਂ ਦੇ ਜਿੰਨੇ ਵੱਡੇ ਕੰਮ ਹੈ ਉਹਨਾਂ ਦੇ ਡਿਪਰੈਸ਼ਨ ਦੇ ਹਿਸਾਬ ਨਾਲ ਹੀ ਉਹ ਰੋਗ ਦਾ ਇਲਾਜ ਹੁੰਦਾ ਹੈ ਬੱਸ ਜਿਹੜੇ 슈ਗਰ ਹੈ ਜਿਵੇਂ ਆਪਾਂ ਟਿਊਮਰ ਕੈਂਸਰ ਦੀ ਗੱਲ ਕਰੀਏ ਨਾ ਸਟੇਜਾਂ ਹੁੰਦੀਆਂ ਨੇ ਪਹਿਲੀ ਸਟੇਜ ਦੂਜੀ ਸਟੇਜ ਤੇ ਸੋਨ ਦੇ ਵਿੱਚ ਹੈ ਜੀ ਆ ਲਾਸਟ ਸਟੇਜ ਹੈ 슈ਗਰ ਦੀ ਵੀ ਕੋਈ ਸਟੇਜਾਂ ਹੁੰਦੀਆਂ ਨੇ ਪਰਮਿੰਦਰ ਜੀ ਇਹਨਾਂ ਦੀਆਂ ਸਟੇਜਾਂ ਤਾਂ ਨਹੀਂ ਹੁੰਦੀਆਂ ਪਰ ਆਪਾਂ ਨੂੰ ਮਤਲਬ ਬੇਸਿਕ ਬੰਡਣਾ ਪੈਣਾਗਾ ਕਾਰਨ ਜਿਵੇਂ ਸ਼ੁਰੂ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਵਿਟਾਮਿਨ ਮਿਨਰਲਸ ਜਾਂ ਬਾਡੀ ਦੀ ਪਾਵਰ ਹੈ ਜਿਹੜੀ ਉਹ ਉਹਨਾਂ 슈ਗਰ ਤੋਂ ਜਿਹੜੀਆਂ ਸਾਨੂੰ ਕਮੀਆਂ ਪੇਸ਼ੀਆਂ ਹੁੰਦੀਆਂ ਉਹਦੀਆਂ ਬਹੁਤਾ ਸਾਨੂੰ ਮਹਿਸੂਸ ਨਹੀਂ ਹੁੰਦਾ ਹੌਲੀ ਹੌਲੀ ਜਿਵੇਂ ਜਿਵੇਂ ਸ਼ੂਗਰ ਵੱਧਾ ਹੈ ਸ਼ੂਗਰ ਦੇ ਵਧਣ ਨਾਲ ਫਿਰ ਉਹਨਾਂ ਦੀਆਂ ਕੰਪਲਿਕੇਸ਼ਨਾਂ ਜਾਂ ਉਹਨਾਂ ਦੀਆਂ ਉਹ ਪ੍ਰੋਬਲਮਾਂ ਆਉਂਦੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਮਤਲਬ ਉਸ ਨੂੰ ਅਸੀਂ ਕਹਿੰਦੇ ਨੇ ਜੀ ਹੁਣ ਇਹ ਦੂਜੀ ਸਟੇਜ 'ਚ ਹੈ ਫਿਰ ਹੌਲੀ ਹੌਲੀ ਕੋਈ ਕਿਡਨੀਆ ਤੇ ਫਰਕ ਪੈਂਦਾ ਜਾਂ ਲੀਵਰ ਤੇ ਅਸਰ ਆਉਂਦਾ ਜਾਂ ਹਰਟ ਤੇ ਅਸਰ ਆਉਂਦਾ ਵੀ ਬੀਪੀ ਵਧਣ ਕੱਟਣ ਲੱਗ ਗਿਆ ਜੀ ਉਹਦੇ ਵਿੱਚ ਚਿੜਚਿੜਾਪਣਾ ਆਉਂਦਾ ਸ਼ੁਰੂ 'ਚ ਨਹੀਂ ਆਉਂਦਾ ਲਾਸਟ ਦੇ ਉੱਤੇ ਫਿਰ ਮਤਲਬ ਕਨਸਟਿਪੇਸ਼ਨ ਜਿਹਨੂੰ ਕਬਜ਼ ਕਹਿੰਦੇ ਆ ਕਬਜ਼ ਰਹਿੰਦੀ ਹੈ ਪਸ਼ਾਪ ਦਾ ਜਿਆਦਾ ਆਉਣਾ ਹੈ ਫੇਰ ਉਹਦੇ ਵਿੱਚ ਮਤਲਬ ਜਿਵੇਂ ਹੁਣ ਉਹ ਸਟੇਜਾਂ ਦੇ ਹਿਸਾਬ ਨਾਲ ਹੋ ਗਿਆ ਅੱਗੇ ਵੀ ਆਪਣੀਆਂ ਅੱਖਾਂ ਦੀ ਰੋਸ਼ਨੀ ਚ ਘਟ ਗਈ ਜੀ ਕੋਈ ਮੋਤੀਆ ਆ ਗਿਆ ਤੇ ਜਾਂ ਕੋਈ ਉਹਦੇ ਵਿੱਚ ਸਾਹ ਚੜਨ ਲੱਗ ਗਿਆ ਜਾਂ ਸਰੀਰ ਦਾ ਵਜਨ ਘਟਣ ਲੱਗ ਗਿਆ ਮਤਲਬ ਇਸ ਤਰ੍ਹਾਂ ਕਰਕੇ ਉਹਨੂੰ ਫਿਰ ਅਸੀਂ ਸਟੇਜਾਂ ਵੰਡਦੇ ਜਾਂਦੇ ਹਾਂ ਜੀ ਅੱਗੇ ਇਹਦੇ ਇਹਦੇ ਭਰੇਜ਼ ਕੀ ਨੇ 슈ਗਰ ਦੇ ਆਮ ਬੇਸਿਕਲੀ ਆਪਾਂ ਮੰਨੀ ਹਰੇਕ ਨੂੰ 150-200 슈ਗਰ ਹੈਗਾ ਉਹਦੇ ਭਰੇਜ਼ ਕੀ ਨੇ ਵੀ ਕੀ ਉਹ ਭਰੇਜ਼ ਕਰ ਕਿਉਂਕਿ ਕਈ ਇਨਸਾਨ ਹੈ ਜੋ ਵੀ ਉਹ ਐਲੋਪੈਥੀ ਦਵਾਈਆਂ ਲਈ ਜਾਂਦੇ ਆ ਭੇਜ ਨਹੀਂ ਹੈ ਕਿ ਕਈ ਅਯੁਰਵੇਦਿਕ ਦਵਾਈਆਂ ਲੈ ਲਿਆ ਜੀ ਹੁਣ ਅਸੀਂ ਭੇਜ ਉਹਨਾਂ ਦਾ ਵੀ ਨਹੀਂ ਹੈ ਕਿ ਇਹਦਾ ਭੇਜ ਕੀ ਹੈ 슈ਗਰ ਦਾ ਇਹਦਾ ਜੀ ਭੇਜ ਮੇਨਲੀ ਜਿਵੇਂ ਮਿੱਠਾ ਹੈ ਭਾਵੇਂ ਉਹ ਖੰਡ ਹੈ ਜਾਂ ਗੰਨਾ ਹੈ ਜਾਂ ਗੋੜਾ ਗੰਨੇ ਤੋਂ ਬਣੀ ਕੋਈ ਚੀਜ਼ ਹੈ ਉਹ ਉਹ ਬੇਸਿਕਲੀ ਉਹਦੇ ਵਿੱਚ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਸਾਨੂੰ ਇਹਦੇ ਵਿੱਚ ਨਾ ਜਿਹੜਾ ਸਾਇੰਸ ਨੇ ਕਿਹਾ ਲੋ ਬੀ ਇਹਦੇ ਵਿੱਚ ਗੋਜਾਂ ਵੀ ਇੱਕ ਫਰਕਟੋਜ਼ ਹੋ ਗਿਆ ਜੀ ਇੱਕ ਲੈਕਟੋਜ਼ ਹੋ ਗਿਆ ਜੀ ਤੇ ਇੱਕ ਸਕਰਾਉਚ ਹੋ ਗਿਆ ਜਿਹੜੇ ਸਕਰਾਉਚ ਹੈ ਜਿਹਨੇ ਖੰਡ ਤੋਂ ਬਣੇ ਪਦਾਰਥ ਉਹ ਨਹੀਂ ਖਾਣੇ ਚਾਹੀਦੇ ਫਿਰ ਉਹਦੇ ਵਿੱਚ ਜਿਹੜਾ ਫਰੂਟ ਹੈ ਫਰਕਟੋਜ਼ ਜਿਹੜਾ ਹੈਗਾ ਐਸਿਡ ਬਣਦਾ ਹੈ ਉਹ ਸਾਡਾ ਜਿਵੇਂ ਖੰਜੂਰ ਹੋ ਗਿਆ ਅੰਬ ਹੋ ਗਿਆ ਕੇਲਾ ਹੋ ਗਿਆ ਸੇਬ ਹੋ ਗਿਆ ਇਹਨਾਂ ਤੋਂ ਫਰਕਟੋਜ਼ ਬਣਦਾ ਹੈ ਇਹ ਸਰੀਰ ਦੇ ਉੱਤੇ ਮਾਰੂ ਅਸਰ ਨਹੀਂ ਪਾਉਂਦਾ ਜੀ ਪਰ ਉਹਦੇ ਵਿੱਚ ਵੀ ਥੋੜਾ ਜਿਹਾ ਜਿਵੇਂ ਹੁਣ ਸਰਦੀ ਦਾ ਫਲ ਹੈ ਖੰਜੂਰ ਹੈ ਉਹਨੂੰ ਧੋ ਕੇ ਖਾ ਲੈਣਾ ਚਾਹੀਦਾ ਹੈ ਅੰਬ ਥੋੜਾ ਜਿਹਾ ਘੱਟ ਖਾ ਲੈਣਾ ਚਾਹੀਦਾ ਹੈ ਕੈਮੀਕਲਾਂ ਨਾਲ ਪੱਕੇ ਹੁੰਦੇ ਆ ਤਾਂ ਇਸ ਕਰਕੇ ਹੈ ਵੀ ਇਹ ਇਹ ਤਿੰਨ ਚੀਜ਼ਾਂ ਇਹਦੇ ਵਿੱਚ ਵਿਸ਼ੇਸ਼ ਧਿਆਨ ਦੇਣਯੋਗ ਹੈ ਜੀ ਤੇ ਕਿਹੜੀਆਂ ਚੀਜ਼ਾਂ ਖਾ ਲੈਣੀਆਂ ਚਾਹੀਦੀਆਂ ਨੇ ਉਹਦੇ ਵਿੱਚ ਜਿਵੇਂ ਥੋੜਾ ਡਰਾਈ ਫਰੂਟ ਹੈ ਜੀ ड्राई फ्रूट ਨੂੰ ਤੁਸੀਂ ਕੋਈ ਗ੍ਰाइंड ਕਰਕੇ ਕਹਿ ਲੋ ਆਪਾਂ ਆਪਣੀ ਮਲਬਈ ਭਾਸ਼ਾ ਚ ਉਹਨੂੰ ਟੰਡਾਈ ਕਹਿ ਲੋ ਰਗੜਾ ਕਹਿ ਲੋ ਪੀ ਲੈਨੇ ਆਪਾਂ ਬਦਾਮ ਕੋਟ ਕੇ ਪੀ ਲੇ ਜੀ ਉਹਦੇ ਵਿੱਚ ਕੋਈ ਅਖਰੋਟ ਪਾ ਲਿਆ ਗਰਮੀ ਦਾ ਮੌਸਮ ਹੈ ਉਹਦੇ ਵਿੱਚ ਚਾਰ ਮਗਜਪਾਲ ਪਾਲੇ ਕਿਸੇ ਦੇ ਖੀਰੇ ਦੇ ਪਾਲੇ ਤਰਦੇ ਪਾਲੇ ਤੋਂ ਇਸ ਕਰਕੇ ਇਹ ਜੀਆਂ ਚੀਜ਼ਾਂ ਉਹਦੇ ਵਿੱਚ ਖਾਣੀਆਂ ਚਾਹੀਣੀਆਂ ਅੱਜ ਅੱਜਕੱਲ ਇੱਕ ਹੋਰ ਬੜਾ ਟ੍ਰੈਂਡ ਚੱਲਿਆ ਜੀ ਵੀ ਕੋਦਰਾ ਖਾਓ ਜੀ ਕੋਦਰੇ ਨਾਲ 슈ਗਰ ਘਟ ਜਾਂਦੀ ਹੈ ਮੇਰੇ ਕੋਲੇ ਜਿੰਨੇ ਪੇਸ਼ੈਂਟ ਆਉਂਦੇ ਆ ਮੈਂ ਹਰ ਇੱਕ ਤਰੀਕੇ ਨਾਲ ਉਹਨਾਂ ਦੇ ਉੱਤੇ ਅਜ਼ਮਾਉਣਾ ਤਜਰਬਾ ਕਰਦਾ ਹਾਂ ਵੀ ਇਹ ਜਾਂ ਕੋਈ ਵੀ ਬੰਦਾ ਮੈਨੂੰ ਜਾਂ ਪੇਸ਼ੈਂਟ ਕਹ ਲੋ ਚਾਹੇ ਉਹ ਲੇਡੀ ਜੇ ਚਾਹੇ ਜੈਂਡਰ ਸਾਹਿਬ ਵੀ ਮੈਨੂੰ ਨਹੀਂ ਮਿਲਿਆ ਵੀ ਜਿਹਦੇ ਜਿਹਦੇ ਕੋਧਰਾ ਖਾਦਾ ਹੋਵੇ ਮੇਰੇ ਕਸਟਡੀ ਦੇ ਵਿੱਚ ਮੇਰੇ ਸਾਹਮਣੇ ਵੀ ਉਹਨੂੰ ਵਾਕਈ ਕੋਧਰੇ ਨਾਲ ਜਿਹੜਾ 슈ਗਰ ਲੈਵਲ ਘਟ ਗਿਆ ਹਾਂ ਉਹਦੇ ਨਾਲ ਤੁਹਾਡੀ ਫੈਟ ਘਟ ਸਕਦੀ ਹੈ ਜਿਹੜੀ ਬਾਡੀ ਦੇ ਵਿੱਚ ਜਿਹੜੇ ਜਿਆਦਾ ਮੋਟਾਪੇ ਦੇ ਸ਼ਿਕਾਰ ਹੈ ਜਿਹੜੇ ਪਤਲਾ ਆਪਦੇ ਸ਼ਰੀਰ ਨੂੰ ਸਲਿਮ ਰੱਖਣਾ ਚਾਹੁੰਦੇ ਆ ਸੋਹਣਾ ਰੱਖਣਾ ਚਾਹੁੰਦੇ ਆ ਉਹਦੇ ਚੋ ਕੋਧਰਾ ਖਾਂਦੇ ਜੀ ਕੋਧਰੇ ਦੇ ਵਿੱਚ ਫਾਈਬਰ ਹੈਗੀ ਹੈ ਉਹ ਖਾ ਲੈਂਦੇ ਕੋਦਰ ਹੈ ਕੰਗ ਨਹੀਂ ਹੈ ਉਹ ਇਸ ਕਰਕੇ ਪਰ ਇਹ ਹੁਣ ਅੰਧਾ ਤੁੰਦ ਹੋ ਗਏ ਜੀ ਲੋਕ ਮਤਲਬ ਇਸ ਪਰਮਿੰਦਰ ਜੀ ਇਸ ਗੱਲ 'ਚ ਉਲਝੇ ਪਏ ਨੇ ਜਿੰਨਾਂ ਕੋਲੇ ਤਾਂ ਪੈਸਾ ਹੈ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਵੀ ਅਸੀਂ ਕੀ ਖਾਈਏ ਜਿਹਦੇ ਕੋਲੇ ਪੈਸਾ ਨਹੀਂ ਉਹਨੂੰ ਐਨਾਂ ਵੀ ਮੈਨੂੰ ਰੋਟੀ ਮਿਲ ਜੇ ਜੀ ਮਤਲਬ ਦੋਨੇ ਚੀਜ਼ਾਂ ਹੀ ਹੈ ਚਾਹੇ ਉਹਦੇ 'ਚ ਗਰੀਬ ਹੈ ਚਾਹੇ ਵੀਰ ਹੈ ਮਤਲਬ ਹੈ ਉਲਝੇ ਖਾਣ 'ਚ ਉਹਨੂੰ ਤਾਂ ਇਹ ਹੈ ਵੀ ਮੈਨੂੰ ਰੋਟੀ ਕਿਵੇਂ ਮਿਲੇ ਮੈਂ ਕਿਵੇਂ ਖਾਵਾਂ ਅੱਛਾ ਜਿਹੜੇ ਕੋਲੇ ਪੈਸਾ ਜ਼ਿਆਦਾ ਹੈ ਉਹਨੂੰ ਮਤਲਬ ਇਹ ਹੋ ਜਾਂਦਾ ਵੀ ਮੈਂ ਜਿਹੜਾ ਹੈਗਾ ਵੀ ਕੀ ਖਾਣਾ ਜੀ ਕੀ ਨਾ ਖਾਣਾ ਜਦੋਂ 슈ਗਰ ਹੋ ਜਾਂਦਾ लास्ट ਮੇਰਾ ਸਵਾਲ ਹੈ ਜਦੋਂ 슈ਗਰ ਹੋ ਜਾਂਦਾ ਉਦੋਂ ਕਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਆ ਕਿਡਨੀਆ ਤੇ ਜਿਹੜਾ ਪ੍ਰੈਸ਼ਰ ਹਿਲ ਹੋ ਜਾਂਦੀਆਂ ਨੇ ਹਾਰਟ ਐਟਕ ਦੀ ਪ੍ਰੋਬਲਮ ਆ ਜਾਂਦੀ ਦੀ ਕਦੋਂ ਕੌਣ ਲੱਗਦੀ ਹੈ 슈ਗਰ ਦੇ ਕਿੰਨੇ ਟਾਈਮ ਬਾਅਦ ਆਉਂ ਲੱਗ ਜਾਂਦੀ ਹੈ ਦੇਖੋ ਇਹਦੇ ਵਿੱਚ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਨਸ਼ੇ ਤੇ ਗੱਲ ਕੀਤੀ ਸੀ ਵੀ ਲੇਡੀਜ਼ ਨਿਸ਼ਾਨੀ ਖਾਂਦੀਆਂ ਉਹਦੇ ਵਿੱਚ ਜਿਵੇਂ ਕੋਈ ਅਲਕੋਹਲ ਦੀ ਮਾਤਰਾ ਹੈ ਕੀ ਹੈ ਕਈ ਉਹਦੇ ਵਿੱਚ ਜ਼ਿਆਦਾ ਲੈਂਦੇ ਆ ਬਦਪਰੇਹੀ ਜੀ ਕਰਦੇ ਆ ਤੇ ਉਹਨਾਂ ਦੇ ਵਿੱਚ ਜਲਦੀ ਆ ਜਾਂਦੀਆਂ ਜੇ ਥੋੜਾ ਜਿਹਾ ਅਵੇਅਰਨੈਸ ਹੋਵੇ ਔਰ ਅਵੇਅਰਨੈਸ ਦੇ ਨਾਲ ਤੁਹਾਡਾ ਜਿਹੜਾ ਮਾਈਂਡ ਹੈ ਮਤਲਬ ਉਹ ਥੋੜਾ ਜਿਹਾ ਸ਼ਾਰਪ ਹੋਵੇ ਜਿਹਨੂੰ ਅਸੀਂ ਚੜ੍ਹਦੀ ਕਲਾ ਕਹਿੰਦੇ ਆ ਉਹਦੇ ਵਿੱਚ ਇਹ ਜਲ ਲੇਟ ਆਉਂਦੀਆਂ ਨੇ ਜੀ ਢੈਂਦੀ ਕਲਾ ਵਾਲੇ ਦੇ ਵਿੱਚ ਇਹੀ ਰੋਗ ਪਹਿਲਾਂ ਮਾਰੂ ਹੋ ਜਾਂਦੇ ਆ ਇਹ ਤਾਂ ਮੇਨ ਕਾਰਨ ਹੈ ਜੀ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਇਹ ਨੇ ਵੈਦ ਅਰਜਿੰਦਰ ਸਿੰਘ ਜਿਨ੍ਹਾਂ ਨੇ ਸ਼ੂਗਰ ਦੇ ਬਾਰੇ ਸਪੈਸ਼ਲ ਗੱਲਬਾਤ ਕੀਤੀ ਕਿਉਂਕਿ ਸ਼ੂਗਰ ਇੱਕ ਐਸੀ ਬਿਮਾਰੀ ਹੈ ਤਕਰੀਬਨ ਕਈ ਤਾਂ ਜਿੰਨਾ ਬੱਚਿਆਂ ਦਾ ਜਨਮ ਤੋਂ 슈ਗਰ ਹੋ ਜਾਂਦਾ ਤੇ ਕਈਆਂ ਨੂੰ ਹੁਣ ਬਿਲਕੁਲ 슈ਗਰ ਹੋਣ ਦੀ ਤਤਾਰ ਦੇ ਵਿੱਚ ਹੈ ਇਹਨਾਂ ਦਾ ਜਿਹੜਾ ਇਹਨਾਂ ਨੇ ਦੱਸਿਆ ਵੀ 슈ਗਰ ਦੇ ਲਈ ਕੀ ਰੋਕਥਾਮ ਕਰਨਾ ਚਾਹੀਦਾ ਤੁਸੀਂ ਜੁੜੇ ਰਹੋ ਲੋਕ ਰਾਏ ਟੀਵੀ ਦੇ ਉੱਤੇ